ਫਾਜ਼ਿਲਕਾ ਵਿਖੇ ਛਾਬੜਾ ਰਾਈਸ ਮਿੱਲ ਦੇ ਮਾਲਕ ਅਨਿਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵੱਲੋਂ 19 ਮਈ 2024 ਨੂੰ ਇੱਕ ਚੋਰੀ ਸੰਬੰਧੀ ਫਾਜ਼ਿਲਕਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਵਿਅਕਤੀ ਦੀ ਪਹਿਚਾਣ ਰਵਿੰਦਰ ਸਿੰਘ ਵਾਸੀ ਆਦਮਪੁਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਰਵਿੰਦਰ ਸਿੰਘ ਨੇ ਬਾਕੀ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਫਾਜ਼ਿਲਕਾ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਨਾਲ ਲੈ ਕੇ ਜਿਸ ਥਾਵਾਂ ਤੇ ਚੋਰੀ ਦਾ ਕੀਤਾ ਹੋਇਆ ਮਾਲ ਵੇਚਿਆ ਗਿਆ ਸੀ ਉਹਨਾਂ ਥਾਵਾਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਹੀ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਤੜਕਸਰ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ 'ਚ ਆਦਰਸ਼ ਟ੍ਰੇਡਰਸ ਦੇ ਗੋਦਾਮ ਵਿੱਚ ਵੀ ਛਾਪੇਮਾਰੀ ਕੀਤੀ ਗਈ, ਪਰ ਚੋਰੀ ਦਾ ਮਾਲ ਬਰਾਮਦ ਨਹੀਂ ਹੋਇਆ। ਖਬਰ ਲਿਖੇ ਜਾਣ ਤੱਕ ਫਾਜ਼ਿਲਕਾ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਵੱਖ ਵੱਖ ਗੋਦਾਮਾਂ ਤੱਕ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। GBC ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਇੱਕ ਮੁਕੱਦਮਾ ਦਰਜ ਹੋਇਆ ਸੀ 45/2024, ਮਿਤੀ 19 ਮਈ 2024 ਨੂੰ। ਇਹ ਮੁਕੱਦਮਾ ਦਰਜ ਹੋਇਆ ਸੀਗਾ 457 ਅਤੇ 380 IPC ਦੇ ਵਿੱਚ। ਇਹਦੇ ਵਿੱਚ ਇੱਕ ਜਿਹੜਾ ਸ਼ੈਲਰ ਹੈਗਾ ਛਾਬੜਾ ਰਾਈਸ ਮਿੱਲ, ਜਿਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ ਸਨ ਆਫ ਵਿਜੇ ਕੁਮਾਰ, ਰਹਿਣ ਵਾਲੇ ਗਾਂਧੀ ਨਗਰ ਦੇ ਨੇ, ਉਹਨਾਂ ਵੱਲੋਂ ਬਿਆਨ ਦੇਣ ਅਤੇ ਚੋਰੀ ਦੇ ਸੰਬੰਧ ਮਸਲਾ FIR ਰਜਿਸਟਰ ਹੋਈ ਸੀ। ਇਹ ਮੁਕੱਦਮੇ ਨੂੰ ਟਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ ਵੱਖ ਟੀਮਾਂ ਬਣਾਈ ਗਈਆਂ, PO ਸਟਾਫ ਦੇ ਵਿੱਚ ASI ਰਤਨ ਅਤੇ SHO ਸਦਰ ਜਲਾਲਾਬਾਦ ਇੰਸਪੈਕਟਰ ਬਲਵੀਰ ਦੀ ਨਿਗਰਾਨੀ ਦੇ ਵਿੱਚ ਮਾਣਯੋਗ SSP ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਵੱਖ ਵੱਖ ਮੋਡਸ ਦੇ ਉੱਤੇ ਇਹਨਾਂ ਨੂੰ ਵਰਕ 'ਤੇ ਲਗਾਇਆ, ਅਤੇ ਜਿਹਦੇ ਬੇਸਿਸ ਦੇ ਉੱਤੇ ਅਸੀਂ CCTV ਫੁਟੇਜ ਅਤੇ ਕਾਲ ਡਿਟੇਲਸ ਦੀ ਮਦਦ ਨਾਲ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਟਰੇਸ ਕਰਿਆ। ਰਵਿੰਦਰ ਸਿੰਘ ਸਨ ਆਫ ਪਵਨ ਕੁਮਾਰ, ਜੋ ਕਿ ਮੋਢਾ ਕਠਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ, ਉਹਨੂੰ ਟਰੇਸ ਕੀਤਾ ਅਤੇ ਟਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ। ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸਫਲਤਾ ਮਿਲੀ ਉੱਥੇ ਨਹੀਂ ਪੁਲਿਸ ਰੁਕੀ, ਉਸ ਤੋਂ ਅੱਗੇ ਵੀ ਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਦੇ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ, ਜਿਵੇਂ ਕਿ ਠਾਣਾ ਸਿੰਘ ਸਨ ਆਫ ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ, ਜਸਵਿੰਦਰ ਸਿੰਘ ਸਨ ਆਫ ਰੂਪ ਲਾਲ ਨੂੰ ਅਰੈਸਟ ਕੀਤਾ ਗਿਆ, ਸੋਨੀ ਸਨ ਆਫ ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ, ਲਵਪ੍ਰੀਤ ਸਿੰਘ ਸਨ ਆਫ ਜਸਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਦਵਿੰਦਰ ਸਿੰਘ ਪੁੱਤਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ। ਇਹ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਇਹ ਅਰੈਸਟ ਹੋ ਚੁੱਕੇ ਨੇ, ਜਿਨ੍ਹਾਂ ਦਾ ਇਹ ਗੈਂਗ ਸੀਗਾ ਅਤੇ ਵੱਖ ਵੱਖ ਜਗ੍ਹਾ 'ਤੇ ਚੋਰੀਆਂ ਕਰਦਾ ਸੀ। ਇਹਨਾਂ ਦਾ ਮੋਡਸ ਓਪਰੈਂਡੀ ਸੀਗਾ ਵੀ ਇਹਨਾਂ ਦੇ ਵਿੱਚੋਂ 1 ਜਾਂ 2 ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ, ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ, ਜਿਵੇਂ ਸ਼ੈਲਰ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ। ਠਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਤਿਆਰ ਕਰਕੇ ਉੱਥੇ ਕਾਰਵਾਈ ਪਾਉਂਦਾ ਸੀ। ਇਹਦੇ 'ਚ ਹੁਣ ਤੱਕ ਕੁੱਲ ਜਿਹੜੇ 6 ਦੋਸ਼ੀ ਗ੍ਰਿਫਤਾਰ ਹੋਏ ਨੇ, ਉਸ ਤੋਂ ਇਲਾਵਾ 3 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਬਾਕੀ ਹੈ, ਜਿਹੜੇ ਕਿ ਉਹ ਵੀ ਟਰੇਸ ਹੋ ਚੁੱਕੇ ਨੇ ਅਤੇ ਉਹ ਵੀ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਨੇ, ਉਹਨਾਂ ਦੀ ਗ੍ਰਿਫਤਾਰੀ ਜਲਦ ਕੀਤੀ ਜਾਊਗੀ। ਇਹ ਜਿਹੜੀ ਚੋਰੀ ਹੋਈ ਸੀਗੀ ਮਿਤੀ 18-19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀਗੀ, ਉਹਦੇ ਵਿੱਚ 305 ਬਾਸਮਤੀ ਦੇ ਗੱਟੇ ਚੋਰੀ ਹੋਏ ਸੀਗੇ। 105 ਸੀਗੇ ਉਹ 30 ਕਿਲੋ ਵਾਲੇ ਸੀ ਗੱਟੇ, ਅਤੇ ਬਾਕੀ 200 ਗੱਟੇ ਸੀਗੇ ਉਹ 50 ਕਿਲੋ ਵਾਲੇ ਸੀਗੇ। ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਹੋਈ ਹੈ 2 ਪਿਕਅਪ ਗੱਡੀਆਂ ਮਹਿੰਦਰਾ ਦੀਆਂ, ਜਿਹਦੇ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ 'ਤੇ ਰਾਈਸ ਸ਼ੈਲਰਾਂ ਦੇ ਵਿੱਚ ਇਹ ਚੋਰੀ ਕਰਦੇ ਸੀਗੇ, ਗੋਡਾਊਨਸ ਦੇ ਵਿੱਚ ਚੋਰੀ ਕਰਦੇ ਸੀਗੇ। ਉਹ ਗੱਡੀਆਂ ਜਿਹੜੀਆਂ ਉਹ ਵੀ ਰਿਕਵਰ ਹੋ ਗਈਆਂ, 2 ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ, ਅਤੇ ਜਿਹੜੀ ਚੋਰੀ ਹੋਏ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ, ਉਹ ਵੀ ਰਿਕਵਰ ਹੋ ਗਏ। ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ਼
ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ। ਇਹ ਸਾਰੇ ਦੋਸ਼ੀ ਡਿਸਟ੍ਰਿਕਟ ਫਿਰੋਜ਼ਪੁਰ ਜ਼ੀਰਾ ਪੁਲਿਸ ਸਟੇਸ਼ਨ ਜ਼ੀਰਾ ਦੇ ਰਹਿਣ ਵਾਲੇ ਨੇ। ਇੱਕ ਦੋਸ਼ੀ ਜਿਹੜਾ ਰਵਿੰਦਰ ਹੈ ਇਹ ਆਦਮਪੁਰ ਦਾ ਜਲੰਧਰ ਦਾ ਰਹਿਣ ਵਾਲਾ, ਜਲੰਧਰ ਰੂਰਲ ਦਾ। ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹੜਾ, ਉਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਨੇ, ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਦਰਜ ਨੇ, ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾਂ। ਮੋਗੇ ਦੇ ਵਿੱਚ ਹੀ 114 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ। ਜ਼ੀਰੇ ਫਿਰੋਜ਼ਪੁਰ ਦੇ ਵਿੱਚ ਸਿਟੀ ਜ਼ੀਰਾ ਦੇ ਵਿੱਚ 3 ਨੰਬਰ ਮੁਕੱਦਮਾ ਦਰਜ ਹੈ 2018 ਦਾ, 457-380 ਚੋਰੀ ਦਾ। ਉਸ ਤੋਂ ਇਲਾਵਾ ਸਦਰ ਫਰੀਦਕੋਟ ਦਾ ਮੁਕੱਦਮਾ ਜਿਹੜਾ ਦਰਜ ਹੈ 195 ਨੰਬਰ 2021 ਦਾ। ਉਸ ਤੋਂ ਇਲਾਵਾ ਘੱਲ ਖੁਰਦ ਫਿਰੋਜ਼ਪੁਰ ਦਾ ਮੁਕੱਦਮਾ ਦਰਜ ਹੈ ਮੁਕੱਦਮਾ ਨੰਬਰ 40-2022 ਦਾ। ਉਸ ਤੋਂ ਇਲਾਵਾ ਮੁਕੱਦਮਾ ਨੰਬਰ 10-2019 ਦਾ 457-389-411 ਦਰਜ ਹੈ ਸਿਟੀ ਕੋਟਕਪੂਰਾ ਫਰੀਦਕੋਟ ਦਾ। ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਥਾਣਾ ਸਿੰਘ ਹੈ ਉਹਦੇ ਖਿਲਾਫ ਕੁੱਲ 9 ਮੁਕੱਦਮੇ ਪਹਿਲਾਂ ਦਰਜ ਨੇ, ਜਿਹੜੇ ਕਿ ਪ੍ਰੈਸ ਨੋਟ ਦੇ ਵਿੱਚ ਦਿੱਤੇ ਗਏ ਨੇ। ਜਿਵੇਂ ਕਿ ਸਿਟੀ ਜ਼ੀਰਾ ਦੇ ਵਿੱਚ NDPS ਦਾ ਮੁਕੱਦਮਾ ਦਰਜ ਹੈ ਨਸ਼ੇ ਦੀ ਖਰੀਦੋ ਫਰੋਖਤ ਅਤੇ ਅੱਗੇ ਵੇਚਣ ਦਾ। ਜ਼ਿਲ੍ਹਾ ਮੋਗਾ ਦੇ ਵਿੱਚ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ। ਇੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ, ਜ਼ਿਲ੍ਹਾ ਮੋਗਾ ਦੇ ਵਿੱਚ 457-380-107 ਨੰਬਰ 2017 ਦਾ ਮੁਕੱਦਮਾ ਦਰਜ ਹੈ। ਜ਼ਿਲ੍ਹਾ ਮੋਗਾ ਦੇ ਵਿੱਚ 114 ਨੰਬਰ ਮੁਕੱਦਮਾ ਦਰਜ ਹੈ 2017-379-411 ਚੋਰੀ ਦਾ। ਜ਼ੀਰਾ ਸਿਟੀ ਜ਼ੀਰਾ ਪੁਲਿਸ ਸਟੇਸ਼ਨ ਦਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਮੁਕੱਦਮਾ ਦਰਜ ਹੈ 3 ਨੰਬਰ, ਸਿਟੀ ਜ਼ੀਰਾ ਦਾ ਹੀ 5 ਨੰਬਰ ਮੁਕੱਦਮਾ ਦਰਜ ਹੈ 2018 ਦਾ 457 ਚੋਰੀ ਦਾ। ਮੁਕੱਦਮਾ ਨੰਬਰ 26-2020 ਦਾ 379-B-412-457-380-382-427 ਥਾਣਾ ਨਹੀਂਆ ਵਾਲਾ, ਜ਼ਿਲ੍ਹਾ ਬਠਿੰਡਾ। ਉਸ ਤੋਂ ਇਲਾਵਾ ਮੁਕੱਦਮਾ ਨੰਬਰ 195 ਮਿਤੀ 25-10-2021 ਜੁਰਮ 374। ਉਸ ਤੋਂ ਇਲਾਵਾ ਮੁਕੱਦਮਾ ਨੰਬਰ 40 ਮਿਤੀ 19-5-2022 ਜੁਰਮ 379-411 APC ਥਾਣਾ ਘੱਲ ਖੁਰਦ। ਮੁਕੱਦਮਾ ਨੰਬਰ 18 ਮਿਤੀ 19-29-1-2023 ਜੁਰਮ 395-442-380-457-455 APC 25 ਆਮਜੈਕ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਸਾਹਿਬ। ਸੋ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਂ 'ਤੇ ਇਹਨਾਂ ਨੇ ਚੋਰੀਆਂ ਜਿਹੜੀਆਂ ਪਹਿਲਾਂ ਬਹੁਤ ਕੀਤੀਆਂ ਹੋਈਆਂ ਸੀ, ਕਈ ਮੁਕੱਦਮੇ ਟਰੇਸ ਸੀਗੇ ਅਤੇ ਕਈ ਮੁਕੱਦਮੇ ਨਹੀਂ ਵੀ ਟਰੇਸ ਸੀਗੇ। ਇਹ ਜਿਹੜਾ ਵੱਡਾ ਗਰੋਹ ਸੀਗਾ ਇਹਨਾਂ ਦਾ, ਵੱਡੇ ਲੈਵਲ ਦਾ ਗੈਂਗ ਸੀ, ਇਹ 'ਚ ਕੁੱਲ ਮਿਲਾ ਕੇ 9 ਦੋਸ਼ੀ ਸੀਗੇ, ਜਿਨ੍ਹਾਂ ਦੇ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਹ ਜਿੱਥੇ ਜਿੱਥੇ ਵੇਚਦੇ ਸੀਗੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਚੋਰੀ ਦਾ ਸਮਾਨ। ਜਿਵੇਂ ਕਿ ਇੱਕ ਥਾਂ 'ਤੇ ਜਿੱਥੇ ਇਹਨਾਂ ਨੇ ਵੇਚਿਆ ਸੀਗਾ ਚੋਰੀ ਦਾ ਸਮਾਨ, ਉੱਥੇ ਰਵਿੰਦਰ ਸਿੰਘ ਦੀ ਉਹਦੀ ਆਪਦੀ ਸ਼ੈਲਰ ਉਹਦਾ ਆਪਦਾ ਕੰਮ ਸੀਗਾ, ਬਾਸਮਤੀ ਰਾਈਸ ਦਾ ਖਰੀਦਣ ਦਾ ਵੇਚਣ ਦਾ ਕੰਮ ਸੀ, ਜਿਹੜਾ ਕਿ ਆਦਮਪੁਰ ਦਾ ਰਹਿਣ ਵਾਲਾ ਦੱਸਿਆ ਤੁਹਾਨੂੰ। ਉਹਦੇ ਕੋਲ ਜਾ ਕੇ ਇਹਨਾਂ ਨੇ ਥਾਣਾ ਸਿੰਘ ਹੋਣਾ ਨੇ ਅਤੇ ਬਾਕੀ ਦੋਸ਼ੀਆਂ ਨੇ ਜਾ ਕੇ ਵੇਚਿਆ ਸੀਗਾ, ਜਿਹੜਾ ਉਹਦੀ ਵੀ ਗ੍ਰਿਫਤਾਰੀ 6 ਜੂਨ ਨੂੰ ਪੈ ਚੁੱਕੀ ਹੈ। ਜਿਹੜੇ ਇਹ 'ਚ 3 ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਉਹਨਾਂ ਦੀ ਛਾਪੇਮਾਰੀ ਕੀਤੀ ਜਾ ਰਹੀ, ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ। ਹਾਂਜੀ ਹਾਂਜੀ, ਦੋਸ਼ੀ ਜਿਹੜੇ 3 ਹੈਗੇ ਨੇ ਉਹਨਾਂ ਦੇ ਵਿੱਚੋਂ ਇੱਥੋਂ ਦਾ ਵੀ ਦੋਸ਼ੀ ਹੈਗੇ ਨੇ, ਉਹ ਹਜੇ ਡਿਸਕਲੋਜ਼ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ, ਕਿਉਂਕਿ ਹਜੇ ਉਹ ਭੱਜੇ ਹੋਏ ਨੇ, ਫਰਾਰ ਨੇ। ਉਹਨਾਂ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਊਗੀ ਅਤੇ ਡਿਸਕਲੋਜ਼ ਕੀਤਾ ਜਾਊਗਾ। ਇਹਨਾਂ ਦੀ ਸਭ ਤੋਂ ਪੁਰਾਣਾ ਮੁਕੱਦਮਾ ਜੀ 2017 ਦਾ ਜੀ, 2017 ਤੋਂ ਇਹ ਐਕਟਿਵ ਨੇ, ਉਸ ਤੋਂ ਪੁਰਾਣਾ ਇਹਨਾਂ ਦਾ ਬੈਕਗਰਾਉਂਡ ਜਿਹੜਾ ਉਹ ਕ੍ਰਾਈਮ ਬੈਕਗਰਾਉਂਡ ਨਹੀਂ ਹੈਗਾ ਔਨ ਰਿਕਾਰਡ। 17 ਤੋਂ ਲੈ ਕੇ ਹੁਣ ਤੱਕ ਦੀ ਇਹਨਾਂ ਦੀ ਚੋਰੀਆਂ ਦੀ ਵਾਰਦਾਤ ਸਾਹਮਣੇ ਆਈ ਹੈ। ਇਹਨਾਂ ਦੀ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਉਮਰ। ਇਹਨਾਂ ਨੂੰ ਸਰ ਤੁਸੀਂ ਟ੍ਰੇਸ ਕਰਕੇ ਸਰ ਪਕੜ ਲਏ, ਇਹਨਾਂ ਨੂੰ ਕੁਝ ਹੋਰ ਬਰਾਮਦ ਹੋਇਆ ਚੋਰੀ? ਹਾਂਜੀ, ਇਹਨਾਂ ਦੀ ਪੁਲਿਸ ਰਿਮਾਂਡ ਜਿਹੜੀ ਅੱਜ ਲਿੱਤੀ ਗਈ ਹੈ, ਮੰਡੇ ਤੱਕ ਦੀ 2 ਦਿਨ ਦੀ ਪੁਲਿਸ ਰਿਮਾਂਡ ਹੋਰ ਮਿਲੀ ਹੈ। ਹੁਣ ਤੱਕ ਇਹਨਾਂ ਕੋਲੋਂ 170 ਗੱਟੇ ਬਾਸਮਤੀ ਅਤੇ 2 ਪਿਕਅਪ ਗੱਡੀਆਂ ਮਹਿੰਦਰਾ ਦੀਆਂ ਰਿਕਵਰ ਹੋ ਚੁੱਕੀ ਹੈ।
ਹੋਰ ਵੀ ਰਿਕਵਰੀ ਇਹਨਾਂ ਕੋਲੋਂ ਕੀਤੀ ਜਾ ਰਹੀ ਹੈ। ਜਿੰਨੇ ਇਹਨਾਂ ਨੇ ਪਹਿਲਾਂ ਚੋਰੀਆਂ ਕੀਤੀਆਂ ਨੇ ਉਸ ਸੰਬੰਧੀ ਪੁੱਛਗਿੱਛ ਕਰਕੇ ਜਿੰਨੀ ਰਿਕਵਰੀ ਵੱਧ ਤੋਂ ਵੱਧ ਕੀਤੀ ਜਾ ਰਹੀ ਹੈ ਉਹ ਔਨ ਰਿਕਾਰਡ ਲੈ ਕੇ ਆਪ ਜੀ ਨੂੰ ਜਾਣੂ ਕਰਾਇਆ ਜਾਊ। ਚੋਰੀ ਦਾ ਸਮਾਨ ਸਰ ਜਿੱਥੋਂ ਚੋਰੀ ਕਰਕੇ ਇਹ ਵੇਚਦੇ ਕਿੱਥੇ ਸਨ ਸਰ? ਇਹ ਜਿੱਦਾਂ ਜੇ ਚਾਵਲ ਚੋਰੀ ਕਰਦੇ ਸੀਗੇ ਤਾਂ ਇਹ ਚਾਵਲ ਦੇ ਹੀ ਡੀਲਰ ਨੂੰ ਵੇਚਦੇ ਸੀਗੇ ਜਿਹੜਾ ਕਿ ਅੱਗੇ ਉਹਨੂੰ ਲੀਗਲੀ ਕਿਤੇ ਸੇਲ ਕਰ ਦਿੰਦਾ ਸੀਗਾ। ਜਿੱਦਾਂ ਕਿ ਰਵਿੰਦਰ ਸਿੰਘ ਸਨ ਆਫ ਪਵਨ ਕੁਮਾਰ ਰਹਿਣ ਵਾਲਾ ਬੁੱਢਾ ਕਠਾਰ ਦਾ ਰਹਿਣ ਵਾਲਾ ਸੀਗਾ, ਪੁਲਿਸ ਸਟੇਸ਼ਨ ਆਦਮਪੁਰ ਰੂਰਲ ਜਲੰਧਰ ਦਾ ਰਹਿਣ ਵਾਲਾ ਸੀ, ਉਹਨੂੰ ਇਹ ਚਾਵਲ ਚੋਰੀ ਕਰਕੇ ਆਏ ਸੀਗੇ ਜਿਹੜੇ ਇਹਨਾਂ ਨੇ 18-19 ਦਰਮਿਆਨੀ ਰਾਤ ਨੂੰ ਇੱਥੋਂ ਚੋਰੀ ਕੀਤੇ ਸੀਗੇ। ਉਸੇ ਤਰੀਕੇ ਨਾਲ ਜਿਹੜੀਆਂ ਪ੍ਰੀਵੀਅਸ FIR ਦੇ ਅੰਦਰ ਆਈਡੈਂਟੀਫਾਈ ਹੋਈਆਂ ਨੇ ਉਹਦੇ ਵਿੱਚ ਕਿਹੜਾ ਕਿਹੜਾ ਸਮਾਨ ਚੋਰੀ ਹੋਇਆ ਉਹਨਾਂ ਨੇ ਜ਼ਿਲ੍ਹਿਆਂ ਦੇ ਵਿੱਚੋਂ FIR ਦਾ ਇਨਵੈਸਟੀਗੇਸ਼ਨ ਕਰਕੇ ਲੀਡ ਅਸੀਂ ਵੀ ਟਰੇਸ ਕਰਾਂਗੇ ਅਤੇ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜਿਨ੍ਹਾਂ ਦੇ ਕੋਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਉਹਨਾਂ ਨੂੰ ਵੀ ਜਾਣੂ ਕਰਵਾਇਆ ਜਾਊਗਾ ਅਤੇ ਰਿਕਵਰੀ ਕਰਾਈ ਜਾਊਗੀ। ਇਹ ਦੋਸ਼ੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਇਹ ਸਿਰਫ 12ਵੀਂ ਪਾਸ ਨੇ ਮੋਸਟਲੀ, ਇਹਨਾਂ ਦੇ ਵਿੱਚੋਂ ਕੁਛ ਤਾਂ 6ਵੀਂ 7ਵੀਂ ਡਰੋਪ ਆਊਟ ਨੇ ਅਤੇ ਪੜ੍ਹੇ ਲਿਖੇ ਦੋਸ਼ੀ ਨਹੀਂ ਹੈਗੇ। ਇਹ ਤਾਂ ਜਿਹੜਾ ਹੈਗਾ ਸਿਰਫ ਚੋਰੀਆਂ ਕਰਨ ਦੇ ਆਦੀ ਸੀਗੇ 2017 ਤੋਂ ਲੈ ਕੇ ਹੁਣ ਤੱਕ। ਨਸ਼ੇ ਦੇ ਵੀ ਆਦੀ ਨੇ ਇਹਨਾਂ ਦੇ ਵਿੱਚ, ਜਿਹੜਾ ਮੁਰਜਮ ਥਾਣਾ ਸਿੰਘ ਹੈ ਇਹਦੇ ਖਿਲਾਫ NDPS ਦੇ ਮੁਕਦਮੇ ਦਰਜ ਨੇ ਫਿਰੋਜ਼ਪੁਰ ਦੇ ਵਿੱਚ। ਉਹ ਨਸ਼ੇ ਆਪ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਤਾਂ ਨਾਰਕੋ ਟੈਸਟ ਕਰਾ ਕੇ ਪਤਾ ਚੱਲੂਗਾ, ਪਰ ਇਹ ਵੇਚਦਾ ਜ਼ਰੂਰ ਸੀ ਨਸ਼ੇ। ਨਹੀਂ, ਚਾਵਲ ਤੇ ਕਣਕ ਇਹ ਮੋਸਟਲੀ ਇਹ ਇਸ ਤਰ੍ਹਾਂ ਦੀਆਂ ਚੋਰੀਆਂ ਕਰਕੇ ਪਿਕਅਪ ਦੇ ਵਿੱਚ ਲੋਡ ਕਰਵਾ ਕੇ ਰਾਤੋਂ ਰਾਤ ਲੈ ਜਾਂਦੇ ਸੀ। ਜਿਹੜੀਆਂ ਗੱਡੀਆਂ ਬਰਾਮਦ ਹੋਈਆਂ ਨੇ ਉਹਨਾਂ ਦੇ ਮਾਲਕਾਂ ਦਾ ਪਤਾ ਵੀ ਲੱਗਿਆ ਵੀ ਕਿੱਥੋਂ ਦੀਆਂ ਗੱਡੀਆਂ ਨੇ ਜਿਹੜੀ ਚੋਰੀ ਕੀਤੀ ਨੇ? ਨਹੀਂ, ਗੱਡੀਆਂ ਚੋਰੀ ਨੇ ਕਿ ਨਹੀਂ ਇਹ ਤਾਂ ਪਤਾ ਲੱਗੂਗਾ ਗੱਡੀਆਂ ਦੇ ਡਾਕੂਮੈਂਟਸ ਤੋਂ ਜੋ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮਾਮਲਾ ਸੀ ਸਾਡੇ ਜੀ ਛਾਬੜਾ ਇੰਡਸਟਰੀ ਘੁਬਾਏ, ਸਾਡੀ ਰਾਈਸ ਮਿੱਲ ਹੈ ਜੀ, ਉੱਥੇ ਸਾਡੇ ਚਾਵਲਾਂ ਦੀ ਚੋਰੀ ਹੋਈ ਸੀਗੀ 18-19 ਤਰੀਕ ਦੇ ਦਰਮਿਆਨੀ ਰਾਤ ਨੂੰ। ਕਿੰਨਾ ਮਾਲ ਲਿਆ ਜੀ? 305 ਗੱਟਾ ਸਾਡਾ ਚੋਰੀ ਹੋਇਆ ਸੀਗਾ, ਜਿਹਦੇ ਵਿੱਚ 200 ਗੱਟਾ 50 ਕਿਲੋ ਵਾਲਾ ਅਤੇ 105 ਥੈਲੀਆਂ ਸਾਡੀਆਂ 30 ਕਿਲੋ ਨੇ ਚੋਰੀ ਹੋਇਆ ਸੀ। ਅੱਜ ਪੁਲਿਸ ਦੇ ਵੱਲੋਂ ਗਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਵੱਲੋਂ ਇੰਡਸਟਰੀ ਦੇ ਚੋਰੀ ਕੀਤੀ ਗਈ ਸੀ, ਕਿੰਨਾ ਕੁ ਸੰਤੁਸ਼ਟ ਪੁਲਿਸ ਦੀ ਕਾਰਵਾਈ? ਬਹੁਤ ਸੰਤੁਸ਼ਟ ਹਾਂ ਜੀ, ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹਨਾਂ ਨੇ ਪੂਰਾ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ, ਸਾਡੀ ਚੋਰੀ ਟਰੇਸ ਕੀਤੀ ਹੈ ਜੀ। ਸਾਰਾ ਮਾਲ ਬਰਾਮਦ ਹੋ ਗਿਆ ਤੁਹਾਡਾ? ਨਹੀਂ ਜੀ, ਟਰੇਸ ਹੋ ਗਿਆ ਜੀ, ਜਿਹੜਾ ਬਰਾਮਦ ਹੋਇਆ 150 ਗੱਟਾ 50 ਕਿਲੋ ਵਾਲਾ ਅਤੇ 20 ਥੈਲੀਆਂ 30 ਕਿਲੋ ਵਾਲੀ ਬਰਾਮਦ ਹੋਈਆਂ ਨੇ। ਲਗਭਗ ਕਿੰਨੀ ਕੀਮਤ ਦਾ ਮਾਲ ਚੋਰੀ ਹੋਇਆ ਸੀ? 12 ਲੱਖ ਰੁਪਏ ਦੇ ਜੀ। ਹਾਂਜੀ, ਬਾਕੀ ਡਿਪਟੀ ਸਾਹਿਬ ਨੇ ਸਾਡਾ ਬਹੁਤ ਸਾਥ ਦਿੱਤਾ, ਬਹੁਤ ਹੀ ਵਧੀਆ ਨਾਲ ਕਾਰਗੁਜ਼ਾਰੀ ਸੀ, ਬੜੀ ਜਲਦੀ ਇਹਨਾਂ ਨੇ ਚੋਰੀ ਟਰੇਸ ਕਰਾ ਦਿੱਤੀ, ਬੜੇ ਖੁਸ਼ ਹਾਂ ਅਸੀਂ ਇਹਨਾਂ ਤੋਂ। ਜਿਹੜੇ ਵਿਅਕਤੀ ਸੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ, ਕੀ ਇਹ ਤੁਹਾਡੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀਗੇ ਜਾਂ ਹੋਰ? ਨਹੀਂ ਜੀ, ਇਹ ਜੀਰੇ ਤੋਂ ਬਿਲੋਂਗ ਕਰਦਾ ਥਾਣਾ ਸਿੰਘ ਚੋਰ ਜੀ, ਕਾਫੀ ਪੁਰਾਣਾ ਚੋਰ ਹੈ, ਇਹਦੇ ਪਹਿਲੇ ਮੁਕਦਮੇ ਦਰਜ ਹੈ। ਇਹ ਪਹਿਲਾਂ ਆ ਕੇ ਰੈਕੀ ਕਰਦਾ, ਪੂਰਾ ਪਲਾਨ ਬਣਾਉਂਦਾ, ਇੱਕ ਦਿਨ ਪਹਿਲਾਂ 16 ਤਰੀਕ ਨੂੰ ਇਹ ਆ ਕੇ ਆਪਣੇ ਸ਼ੈਲਰ 'ਚ ਦੇਖ ਕੇ ਜਾਂਦਾ ਵੀ ਚਾਵਲ ਪਿਆ, ਪਿੱਛੋਂ ਵੜਦਾ ਇੱਕ ਅੱਧੀ ਹਿੱਟ ਕੱਢਦਾ, ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਆਪਦਾ ਗੈਂਗ ਲੈ ਕੇ ਆਉਂਦਾ, ਨਾਲ ਗੱਡੀਆਂ ਲੈ ਕੇ ਆਉਂਦਾ, ਪਿੱਛੋਂ ਦੀਵਾਰ ਨੂੰ ਸੇਂਧ ਲਗਾ ਕੇ ਅਤੇ ਚਾਵਲ ਲੈ ਕੇ ਚਲਾ ਜਾਂਦਾ। ਸਿਕਿਉਰਟੀ ਗਾਰਡ ਤੈਨਾਤ ਨਹੀਂ ਸੀਗਾ? ਸਿਕਿਉਰਟੀ ਗਾਰਡ ਹੈ ਸੀ, ਬਾਬਾ ਜਾਂ ਬਜ਼ੁਰਗ ਹੈ ਅਤੇ ਫਾਦਰ ਸਾਹਿਬ ਸਾਡੇ ਬਿਆਸ ਗਏ ਹੋਏ ਸੀ, ਅਤੇ ਜਿਹੜਾ ਚੌਂਕੀਦਾਰ ਉਹ 12-1 ਵਜੇ ਗੇੜਾ ਮਾਰ ਕੇ ਬਸ ਕੁਰਸੀ ਬੈਠਾ ਅੱਖ ਲੱਗ ਗਈ, ਜਦੋਂ 4 ਵਜੇ ਉੱਠਿਆ ਤਾਂ 19 ਦਿਨ ਲੱਗ ਕੇ ਜਾ ਰਹੇ ਸੀ, ਅਤੇ ਫਿਰ ਕੁਛ ਬੰਦੇ 8-10 ਸੀ, ਇਹ ਇਕੱਲਾ ਡਰ ਗਿਆ। ਇਹ ਵੀ ਸੀ ਕੀ ਇਹਨਾਂ ਕੋਲ ਹਥਿਆਰ ਵੀ ਦੱਸਿਆ ਜੀ? ਹਾਂ, ਚੌਂਕੀ ਦਾ ਤਾਂ ਫਿਰ ਡਰ ਗਿਆ, ਬਜ਼ੁਰਗ ਬੰਦਾ ਸੀ ਅਤੇ ਉਹਨੇ ਦੇਖਿਆ ਨਹੀਂ, ਗੱਡੀਆਂ ਲੈ ਕੇ ਉਹਨੇ ਭਜਾ ਲਈਆਂ।